ਜਿੱਥੇ ਪੂਰਾ ਦੇਸ਼ ਕਰੋਨਾ ਵਾਇਰਸ ਨਾਲ ਲੜਾਈ ਲੜ ਰਿਹਾ ਹੈ, ਉੱਥੇ ਕਈ ਲੋਕ ਮੁਸ਼ਕਿਲ ਘੜੀ ਵਿੱਚ ਵੀ ਕਪਲੇ ਕਰਕੇ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਹਾਂ, ਜਿੱਥੇ ਲੋਕਾਂ ਨੂੰ ਮਸਾਂ ਹੀ ਸਬਜ਼ੀਆਂ ਅਤੇ ਫਲ ਮਿਲ ਰਹੇ ਨੇ, ਉੱਥੇ ਦੁਕਾਨਦਾਰਾਂ ਨੇ ਇਹਨਾਂ ਸਮਾਨਾਂ ਨੂੰ ਵੇਚਣ ਲਈ ਕਾਲਾ ਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸਥਿਤੀ ਦਾ ਜਾਇਜ਼ਾ ਲੈਣ SDM ਫਗਵਾੜਾ ਨੇ ਸਬਜ਼ੀ ਮੰਡੀ ਦਾ ਦੌਰਾ ਕੀਤਾ। ਉਹਨਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਸਖ਼ਤ ਹਦਾਇਤਾਂ ਦਿੱਤੀਆਂ ਕਿ ਜੇਕਰ ਕੋਈ ਵੀ ਆੜ੍ਹਤੀ ਜਾਂ ਦੁਕਾਨਦਾਰ ਕਾਲਾ ਬਾਜ਼ਾਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ਼ ਪਹਿਲ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ। ਕਾਫੀ ਮਹਿੰਗਾ ਜਿਹੜਾ ਸੌਦਾ ਵੇਖ ਰਿਹਾ ਤੇ ਮੈਂ ਉਹਨਾਂ ਨੂੰ ਪੁੱਛਦਾ ਪੁੱਛਾਉਂਦਾ ਇੱਥੇ ਆਇਆ, ਠੀਕ ਹੈ। ਤੇ ਪੱਤਰਕਾਰ ਭਾਈਚਾਰੇ ਨੇ ਵੀ ਦੱਸਿਆ ਕਿ ਇੱਥੇ ਜਿਹੜਾ ਕੀ ਕਹਿੰਦੇ ਹੁੰਦੇ ਆ ਸਬਜ਼ੀਆਂ ਜਿਹੜੀਆਂ ਕਾਫੀ ਹੱਦ ਤੱਕ ਮਹਿੰਗੀਆਂ ਹੈਗੀਆਂ ਅਤੇ ਮੇਰੇ ਨਾਲ ਫੈਕਟਰੀ ਨੇ ਨਾਲ ਸੁਪਰਵਾਈਜ਼ਰ ਨੇ ਮੰਡੀ ਦੇ ਇਹਨਾਂ ਕੋਲ ਮੈਂ ਰਿਪੋਰਟ ਲਈ ਆ ਵੀ ਕਿਹੜੇ ਕਿਹੜੇ ਜਿਹੜਾ ਹੈਗਾ ਵਾ ਇੱਥੇ ਦੁਕਾਨਦਾਰ ਆ ਆੜ੍ਹਤੀ ਆ ਕਿੰਨੇ ਕਿੰਨੇ ਵੇਚੀ ਆ ਇਹਨਾਂ ਨੂੰ ਪਤਾ ਸਾਰਾ ਕੁਛ। ਇਹਨਾਂ ਕੋਲ ਲਿਸਟ ਮੰਗੀ ਹੈ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਦੇ ਹਾਂ ਜੇ ਇੱਥੋਂ ਲੋੜ ਪਈ ਤਾਂ ਅਸੀਂ ਲਾਇਸੈਂਸ ਵੀ ਕੈਂਸਲ ਕਰਦੇ ਹਾਂ। ਸਰ, ਦੋ ਦੇ ਤਿੰਨ ਦਿਨਾਂ ਦੇ ਕਰਫਿਊ 'ਚੋਂ ਅੱਜ ਤੱਕ ਕੋਈ ਰੇਟ ਲਿਸਟਾਂ ਸੈਕਟਰੀ ਵੱਲੋਂ ਜਾਂ ਸੁਪਰਵਾਈਜ਼ਰ ਵੱਲੋਂ ਤੁਹਾਨੂੰ ਮਿਲੀਆਂ? ਮੈਨੂੰ ਇੱਕ ਦਿਨ ਲਿਸਟ ਮਿਲੀ ਸੀ, ਅੱਜ ਦੀ ਲਿਸਟ ਨਹੀਂ ਮਿਲੀ ਮੈਨੂੰ। ਇਹਨਾਂ ਨੂੰ ਮੈਂ ਕਿਹਾ ਇੱਕ ਤਾਂ ਡਿਸਪਲੇ ਕਰੋ ਇੱਥੇ ਮਾਰਕਰ ਦੇ ਨਾਲ ਮੋਟੇ ਮੋਟੇ ਕਰਕੇ ਮੰਡੀ ਦੀਆਂ 7-8 ਜਗ੍ਹਾ 'ਤੇ ਜਿਹੜਾ ਹੈਗਾ ਹਰ ਕੋਰਨਰ 'ਤੇ ਜ਼ਰੂਰ ਲਾਵੇ 7-8 ਜਗ੍ਹਾ 'ਤੇ ਉਹ ਜਿਹੜੇ ਮੇਨ ਸਬਜ਼ੀਆਂ ਜਿਵੇਂ ਗੰਢਾ ਪਿਆਜ਼ ਟਮਾਟਰ ਲੋੜੀਂਦੀਆਂ ਸਬਜ਼ੀਆਂ ਨੇ ਰੋਜ਼ਮਰਾ ਦੀ ਜ਼ਿੰਦਗੀ ਉਹਨਾਂ ਦੇ ਨਾਂ ਇੱਥੇ ਡਿਸਪਲੇ ਕਰੂਗਾ ਵੀ ਇਹ ਰੇਟ ਹੈ ਜਿਹਦਾ। ਸਰ, ਜੇ ਦੁਕਾਨਦਾਰ ਜੇ ਮਹਿੰਗਾ ਸਮਾਨ ਵੇਚਦਾ ਉਹਦੀ ਸ਼ਿਕਾਇਤ ਕਿੱਥੇ ਹੋਏਗੀ ਜੀ? ਉਹ ਸ਼ਿਕਾਇਤ ਸਾਨੂੰ ਕਰੋ, ਅਸੀਂ ਜਿੱਥੇ ਸੰਬੰਧਿਤ ਕੋਈ ਆਫੀਸਰ ਹੋਊਗਾ ਉਹਨੂੰ ਭੇਜਾਂਗੇ। SDM ਸਾਹਿਬ, ਜੇ ਗੱਲ ਕਰੀਏ ਮੰਡੀ ਦੇ ਸੈਕਟਰੀ ਦੀ, ਮੰਡੀ ਦੇ ਵਿੱਚ ਬੈਠੇ ਹੋਏ ਇਹਨਾਂ ਦੀ ਮੌਜੂਦਗੀ ਦੇ ਵਿੱਚ ਹਰ ਚੀਜ਼, ਆਲੂ ਜਿਹੜਾ ਹੈ ਬਲੈਕ 'ਚ ਵਿਕ ਰਿਹਾ, ਜਿਹੜੇ 650-700 ਦੀ ਬੋਰੀ ਸੀ ਅੱਜ 1100 ਵਿਕ ਗਏ, ਟਮਾਟਰ ਜਿਹੜਾ ਹੈ 15-20 ਰੁਪਏ ਵਾਲਾ ਜਿਹੜਾ ਅੱਜ 40-50 ਰੁਪਏ ਵਿਕ ਗਿਆ, ਕਿਆ ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਮੌਕੇ 'ਤੇ? ਬਿਲਕੁਲ ਕਰਨੀ ਹੈ। ਇਹਨਾਂ ਨੂੰ ਮੈਂ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਵੀ ਇੰਝ ਕਿਉਂ ਹੋਇਆ, ਮੈਨੂੰ ਆਪਣਾ ਜਵਾਬ ਦਿਓ। ਲੋੜ ਪਈ ਤਾਂ ਕਰਾਂਗੇ, ਹਰ ਗੱਲ ਕਰੂੰਗਾ ਮੈਂ ਤੁਹਾਡੇ ਸਾਹਮਣੇ ਹੀ ਹਾਂ ਜੋ ਕਿ ਅਸੀਂ ਕੰਮ ਕਰ ਰਹੇ ਹਾਂ ਫਗਵਾੜੇ ਦੇ ਲੋਕਾਂ ਨੂੰ ਹਰ ਸੁੱਖ ਸਕੂਲ ਸਹੀ ਤਰੀਕੇ ਨਾਲ ਕਾਨੂੰਨ ਅਨੁਸਾਰ ਮਿਲੇ, ਜੇ ਕੋਈ ਰੇਟ ਵੱਧ ਲੈਂਦਾ ਤਾਂ ਅਸੀਂ ਛੱਡਾਂਗੇ। ਜਦ ਸਬਜ਼ੀਆਂ ਨੂੰ ਮਹਿੰਗੀਆਂ ਵੇਚਣ ਬਾਰੇ ਸੈਕਟਰੀ ਨੂੰ ਪੁੱਛਿਆ ਤਾਂ ਉਹਨਾਂ ਕੋਲ ਕਿਸੇ ਵੀ ਗੱਲ ਦਾ ਸਹੀ ਜਵਾਬ ਨਹੀਂ ਸੀ। ਸਾਰਾ ਦੇਸ਼ ਕਰੋਨਾ ਨਾਲ ਗ੍ਰਸਤ ਹੋਇਆ ਪਿਆ ਤੇ ਤੁਹਾਡੇ ਵੱਲੋਂ ਕੀ ਕਿਉਂ ਨਹੀਂ ਉਪਰਾਲਾ ਕੀਤਾ ਗਿਆ? ਮੌਕੇ ਤੇ ਦੇਖੋ ਇੰਨੀ ਪਬਲਿਕ ਇੱਕਦਮ ਇਕੱਠੀ ਹੋ ਜਾਂਦੀ ਹੈ, ਇੱਕ ਮੰਡੀ ਦਾ ਟਾਈਮ ਹੁੰਦਾ। ਸਰ, ਮੇਰਾ ਸਵਾਲ ਹੈਗਾ, ਤੁਸੀਂ ਤੁਹਾਡਾ ਹੋਲਸੇਲ ਆੜ੍ਹਤੀਆਂ ਨਾਲ ਕਨੈਕਸ਼ਨ, ਤੁਹਾਡਾ ਮੰਡੀ ਨਾਲ ਜਨਤਾ ਨਾਲ ਕੀ ਕਨੈਕਸ਼ਨ, ਤੁਸੀਂ ਜਿਹੜਾ ਬਲੈਕ 'ਚ ਵੇਚ ਰਹੇ ਤੇ ਉਹਨੂੰ ਕਿਉਂ ਨਹੀਂ ਰੋਕਣ ਦੀ ਕੋਸ਼ਿਸ਼? ਮੈਂ ਉਹੀ ਤੁਹਾਨੂੰ ਦੱਸ ਰਿਹਾ, ਇੱਕਦਮ ਪਬਲਿਕ ਦੇ ਵਿੱਚ ਇੰਨਾ ਕਿਸੇ ਨੂੰ ਜਿਹੜਾ ਆੜ੍ਹਤੀ ਆ ਉਹਦੇ ਪਬਲਿਕ ਨਾਲ ਡੀਲ ਨਹੀਂ, ਉਹਦੇ ਦੁਕਾਨਦਾਰ ਨਾਲ ਡੀਲ ਆ। ਆੜ੍ਹਤੀ ਤੁਹਾਡਾ ਜਿਹੜਾ ਹੈ ਇੱਕ ਗ੍ਰਾਹਕ ਨਾਲ ਡੀਲ ਕਰ ਰਿਹਾ, ਹੋਲਸੇਲਰ ਰਿਟੇਲਰ ਨਾਲ ਗੱਲ ਕਰ ਰਿਹਾ, ਪਰਚੂਨ ਨਾਲ ਨਹੀਂ ਕਰ ਰਿਹਾ। ਤੁਸੀਂ ਕਿੰਨੇ ਆੜ੍ਹਤੀ ਅਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਹੁਣ ਤੱਕ? ਇੱਕਦਮ ਨਹੀਂ ਕਾਰਵਾਈ ਕੀਤੀ ਜਾ ਸਕਦੀ। ਕਿਹੜੇ ਕਿਹੜੇ ਆੜ੍ਹਤੀ ਸੀ ਜਿਹੜਾ ਅੱਜ ਦੇ ਟਮਾਟਰ ਦੀ ਕਾਲਾਬਾਜ਼ਾਰੀ ਕਰ ਰਹੇ? ਇੱਕਦਮ ਨਹੀਂ ਕਾਰਵਾਈ ਕੀਤੀ ਜਾ ਸਕਦੀ, ਦੇਖੋ ਉਹਦਾ ਪ੍ਰੋਸੀਜਰ ਹੁੰਦਾ ਹੈ। ਯਾਨੀ ਜਦ ਤੱਕ ਲੋਕ ਲੁੱਟੇ ਜਾਣ, ਪ੍ਰਬੰਧਕ ਸਾਹਿਬ ਨੇ SDM ਸਾਹਿਬ, ਸਰ ਮੇਰਾ ਸੁਣ ਲਓ, ਪਹਿਲਾਂ ਮੇਰਾ ਸੁਣ ਲਓ, ਤੁਸੀਂ ਇਹ ਕਹਿ ਕੇ ਪੱਲਾ ਝਾੜਦਾ ਕਿ ਇੱਕਦਮ ਕਾਰਵਾਈ ਨਹੀਂ ਵਾਲੀ ਗੱਲ, ਅੱਜ ਦੀ ਤਰੀਕ 'ਚ ਲੋਕ ਲੁੱਟੇ ਗਏ ਜਿਹੜਾ ਕਾਲਾ ਬਾਜ਼ਾਰ, ਤੁਸੀਂ ਮੰਨਿਆ ਕਾਲਾ ਬਾਜ਼ਾਰੀ ਹੋਈ? ਮੈਂ ਕਹਿੰਦਾ ਮੈਂ ਉਹਦੇ ਕਾਰਵਾਈ ਕਰਾਂਗੇ ਆਪਾਂ। ਟਮਾਟਰਾਂ ਦਾ ਜਿਹੜਾ ਤੁਸੀਂ ਰੇਟ ਕਹਿ ਰਹੇ ਹੋ, ਕਿਉਂ ਬੰਦੇ ਜਿਹੜੇ ਟਮਾਟਰ ਵੇਚ ਰਹੇ ਸੀ? ਮੈਂ ਆੜ੍ਹਤੀ ਵਿੱਚ ਹੈਗੇ ਆ। ਜ਼ਿਕਰਯੋਗ ਹੈ ਕਿ ਮੰਡੀਆਂ ਵਿੱਚ ਪਿਆਜ਼, ਆਲੂ ਤੇ ਹੋਰ ਬਾਕੀ ਸਬਜ਼ੀਆਂ ਆਮ ਨਾਲੋਂ ਦੁੱਗਣੇ ਭਾਅ ਤੇ ਵਿਕ ਰਹੀਆਂ ਨੇ ਤੇ ਇਸੇ ਕਾਲਾਬਾਜ਼ਾਰੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਫਗਵਾੜਾ ਤੋਂ BD ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ।
ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।